ਕਾਉਂਸਲਰ ਦਾ ਮੈਨੂੰ ਲੱਗਦਾ ਉਹਨਾਂ ਦਾ ਫੋਨ ਵੀ ਨਹੀਂ ਆਇਆ ਦੋਨੇ ਸਾਡੇ ਦੋ ਕਾਉਂਸਲਰ ਪੈਂਦੇ ਜੀ ਇੱਧਰ ਇੱਕ ਉਧਰਲੇ ਪਾਸੇ ਵਾਰਡ ਹੈ ਕੋਈ ਇੱਕ ਇੱਧਰ ਮਿਸਟਰ ਕਪੂਰ ਨੇ ਵੀ ਸੀ ਔਰ ਉਧਰ ਮਿਸਟਰ ਕਾਕਾ ਨੇ ਔਰ ਉਹ ਕਿਤੇ ਮਤਲਬ ਚਲੋ ਹੁਣ ਕੀ ਹੱਸ ਕੇ ਕਹਾਂ ਤੁਹਾਨੂੰ ਕਿ ਬਿਲਕੁਲ ਕੰਮ ਤਾਂ ਇੱਕ ਕਰਨਾ ਕਿ ਕਿਸੇ ਨੇ ਕੋਈ ਬਿਲਕੁਲ ਪੁੱਛਿਆ ਤੱਕ ਨਹੀਂ ਲੇਕਿਨ ਜਿੱਥੇ ਤੱਕ ਅਗਰ ਨਗਰ ਸਵਾਂਦਾ ਉਹ ਬਿਲਕੁਲ ਜ਼ੀਰੋ ਕਰੋਨਾ ਵਾਇਰਸ ਦੇ ਚੱਲਦੇ ਹੋਏ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਪਾਸੇ ਮਹਾਮਾਰੀ ਜਿਹੜੀ ਹੈਗੀ ਹੈ ਸੰਕਟ ਜਿਹੜਾ ਹੈਗਾ ਪੂਰਾ ਲੁਧਿਆਣਾ ਸ਼ਹਿਰ ਨਹੀਂ ਪੂਰਾ ਦੇਸ਼ ਜਿਹੜਾ ਹੈਗਾ ਇਸ ਸੰਕਟ 'ਚੋਂ ਚੂਝ ਰਿਹਾ ਅਤੇ ਨਾਲ ਹੀ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆ ਰਿਹਾ ਅਤੇ ਇਸ ਦੌਰਾਨ ਸਾਡੇ ਨਾਲ ਅਗਰ ਨਗਰ ਦੇ ਜਿਹੜੇ ਵਾਸੀ ਹੈਗੇ ਨੇ ਅਤੇ ਇਸ ਸਮੇਂ ਪ੍ਰੈਜ਼ੀਡੈਂਟ ਵੀ ਹੈਗੇ ਨੇ ਮਿਸਟਰ ਪਵਨ ਜੀ ਉਹ ਸਾਡੇ ਨਾਲ ਨੇ ਅਤੇ ਉਹਨਾਂ ਨਾਲ ਵੀ ਜਾਂਦੇ ਹਾਂ ਕਿਉਂਕਿ ਉਹਨਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਕਿ ਸਰਕਾਰ ਦਾ ਨੁਮਾਇੰਦਾ ਜਿਹੜਾ ਹੈਗਾ ਉਹਨਾਂ ਦੇ ਇਲਾਕੇ 'ਚ ਕੋਈ ਵੀ ਇਹਨਾਂ ਦੇ ਪੁੱਛਗਿੱਛ ਨਹੀਂ ਕਰਨ ਪਹੁੰਚਿਆ ਇਲਾਕਾ ਵਾਸੀਆਂ ਲਈ ਤਾਂ ਫਿਰ ਉਹਨਾਂ ਨੇ ਇੱਕ ਆਪਣਾ ਪਹਿਲਾ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਨਾਗਰਿਕਤਾ ਨਿਭਾਉਂਦੇ ਹੋਏ ਉਹ ਇਸ ਸਮੇਂ ਅੱਗੇ ਆਏ ਅਤੇ ਅੱਜ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਦੇ ਕਦਮ ਇਸ ਤਰ੍ਹਾਂ ਜੀ ਕਿ ਸਾਡਾ ਅਗਰ ਨਗਰ ਜਿਹੜਾ ਆਪਣਾ ਹੈਗਾ ਇਹ ਇੱਥੇ ਸਾਡੇ ਏ ਔਰ ਬੀ ਬਲੋਕ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਇਹਦੇ ਵਿੱਚ ਕਰੀਬ ਸਾਡਾ 800 ਦੇ ਕਰੀਬ ਘਰ ਹੈਗੇ ਆ ਅਤੇ 3400-3500 ਦੇ ਕਰੀਬ ਜਿਹੜੀ ਰੈਜੀਡੈਂਸ਼ੀਅਲ ਰਹਿੰਦੇ ਹੈਗੇ ਆ ਇਹਦੇ ਵਿੱਚ ਸਾਡਾ ਸ਼ੁਰੂ ਤੋਂ ਹੀ ਕੀ ਹੈ ਕਿ ਸੁਸਾਇਟੀ ਦੀ ਸਬਸਕ੍ਰਿਪਸ਼ਨ ਫੀਸ ਆ ਕੁਛ ਸਾਨੂੰ ਹੋਰ ਆਮਦਨ ਹੈਗੀ ਕਿਰਾਏ ਵਗੈਰਾ ਦੀ ਅਸੀਂ ਜਿਹੜਾ ਹੈ ਗੌਰਮੈਂਟ ਐਡਿਡ ਕੋਈ ਸੁਸਾਇਟੀ ਨਹੀਂ ਹੈਗੀ ਇਹ ਅਸੀਂ ਆਪਣਾ ਆਪ ਖਰਚ ਕਰਕੇ ਸਾਰਾ ਕਰਦੇ ਹਾਂ ਅਤੇ ਹੁਣ ਪੋਜੀਸ਼ਨ ਇਹ ਹੈ ਕਿ ਅਸੀਂ ਅਗਰ ਨਗਰ ਦੇ ਵਿੱਚ ਮੇਰੇ ਕੋਲ ਕਾਫੀ ਜ਼ਿਆਦਾ ਫੋਟੋਆਂ ਵਗੈਰਾ ਵੀ ਪਈਆਂ ਨੇ ਔਰ ਡੇਲੀ ਨੀਡ ਦੀਆਂ ਜਿਹੜੀਆਂ ਲੋਕਾਂ ਦੀਆਂ ਚੀਜ਼ਾਂ ਅਸੀਂ ਘਰ ਡੋਰ ਟੂ ਡੋਰ ਸਪਲਾਈ ਕਰ ਰਹੇ ਹਾਂ ਜਿਸ ਤਰ੍ਹਾਂ 4-5 ਦਿਨਾਂ ਤੋਂ 7 ਦਿਨਾਂ ਤੋਂ ਜਦੋਂ ਦਾ ਇਹ ਮਹਾਮਾਰੀ ਫੈਲੀ ਆ ਅਸੀਂ ਦੁੱਧ ਦਾ ਜਿਹੜਾ ਘੱਟੋ ਘੱਟ 4 ਵੈਂਡਰ ਅਸੀਂ ਲਾਏ ਹੋਏ ਆ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਕਿ ਡੋਰ ਟੂ ਡੋਰ ਜਾ ਕੇ ਪੁੱਛ ਕੇ ਘੰਟੀ ਮਾਰ ਕੇ ਅਤੇ ਘਰਾਂ 'ਚ ਦਿੰਦੇ ਆ ਅਤੇ ਇਸ ਤਰ੍ਹਾਂ ਹੀ ਸਬਜ਼ੀ ਦੇ ਜਿਹੜੇ ਸਾਡੇ ਆਲਰੇਡੀ ਸਾਡੇ ਕੋਲ ਦੋਨਾਂ ਏ ਔਰ ਬੀ ਬਲੋਕ 'ਚ ਦੁਕਾਨਾਂ ਸੀਗੀਆਂ ਬਹੁਤ ਵਧੀਆ ਕਿਸਮ ਦੀਆਂ ਰੋਜ਼ ਟੈਂਪੂ ਆਉਂਦਾ ਉਹ ਵਟਸਐਪ ਦੇ ਉੱਤੇ ਉੱਧਰੋਂ ਪਾ ਦਿੰਦੇ ਨੇ ਕਿ ਸਾਨੂੰ ਆਹ ਸਬਜ਼ੀ ਦੀ ਲੋੜ ਹੈ ਉਹ ਪੈਕਟ ਬਣਾ ਕੇ ਵਾਜਬ ਰੇਟਾਂ ਦੇ ਉੱਪਰ ਘਰਾਂ 'ਚ ਘੰਟੀ ਮਾਰ ਕੇ ਨਾਲ ਅਸੀਂ ਆਪਣਾ ਚੌਂਕੀਦਾਰ ਲਾ ਦਿੰਦੇ ਹਾਂ ਅਤੇ ਅਸੀਂ ਉਹਨਾਂ ਨੂੰ ਡੋਰ ਟੂ ਡੋਰ ਦੇ ਰਹੇ ਹਾਂ ਗੱਲ ਕਰੀਏ ਜੀ ਇਸ ਸਮੇਂ ਪਹਿਲ ਸਰਕਾਰ ਦੀ ਬੰਦੀ ਹੈ ਤੁਸੀਂ ਅੱਗੇ ਆ ਰਹੇ ਹੋ ਜਿਹੜੇ ਇਲਾਕਾ ਵਾਸੀ ਹੋ ਠੀਕ ਹੈ ਉਸ ਦੌਰਾਨ ਇਲਾਕਾ ਨਿਵਾਸੀਆਂ ਦੀ ਜ਼ਿੰਮੇਵਾਰੀ ਤੁਸੀਂ ਚੱਕੀ ਹੋਈ ਹੈ ਕਿਉਂਕਿ ਤੁਸੀਂ ਇਸ ਏਰੀਏ ਦੇ ਪ੍ਰੈਜ਼ੀਡੈਂਟ ਵੀ ਹੈਗੇ ਹੋ ਅਤੇ ਕੀ ਤੁਸੀਂ ਕੋਈ ਸਰਕਾਰੀ ਜਾਂ ਕੌਂਸਲਰ ਜਾਂ ਇਸ ਇਲਾਕੇ ਦਾ ਕੋਈ ਵੀ ਨੁਮਾਇੰਦਾ ਅੱਗੇ ਆਇਆ ਕਿ ਸਿਰਫ ਤੁਸੀਂ ਆਪਣੀ ਜਿਹੜੀ ਸੇਵਾ ਸਮਝ ਕੇ ਅੱਗੇ ਆਏ ਕਾਉਂਸਲਰ ਦਾ ਮੈਨੂੰ ਲੱਗਦਾ ਉਹਨਾਂ ਦਾ ਫੋਨ ਵੀ ਨਹੀਂ ਆਇਆ ਦੋਨੇ ਸਾਡੇ ਦੋ ਕਾਉਂਸਲਰ ਪੈਂਦੇ ਜੀ ਇੱਧਰ ਇੱਕ ਉਧਰਲੇ ਪਾਸੇ ਵਾਰਡ ਹੈ ਕੋਈ ਇੱਕ ਇੱਧਰ ਮਿਸਟਰ ਕਪੂਰ ਨੇ ਵੀ ਸੀ ਔਰ ਉਧਰ ਮਿਸਟਰ ਕਾਕਾ ਨੇ ਔਰ ਉਹ ਕਿਤੇ ਮਤਲਬ ਚਲੋ ਹੁਣ ਕੀ ਹੱਸ ਕੇ ਕਹਾਂ ਤੁਹਾਨੂੰ ਕਿ ਬਿਲਕੁਲ ਕੰਮ ਤਾਂ ਇੱਕ ਕਰਨਾ ਕਿ ਕਿਸੇ ਨੇ ਕੋਈ ਬਿਲਕੁਲ ਪੁੱਛਿਆ ਤੱਕ ਨਹੀਂ ਹੈ ਬਹੁਤ ਅੱਛਾ ਪੁੱਛਣ ਦੀ ਗੱਲ ਨਹੀਂ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜ਼ਿੰਮੇਵਾਰੀ ਪਹਿਲ ਦੇ ਆਧਾਰ ਤੇ ਕਿਉਂਕਿ ਤੁਸੀਂ ਉਹਨਾਂ ਨੂੰ ਆਪਣੇ ਇਲਾਕੇ ਦਾ ਨੁਮਾਇੰਦਾ ਚੁਣ ਕੇ ਭੇਜਿਆ ਲੇਕਿਨ ਫਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਰਹੇ ਕੀ ਤੁਸੀਂ ਮੰਨਦੇ ਹੋ ਕਿ ਇਹਦੇ ਵਿੱਚ ਜਿਹੜੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਆਪਣਾ ਪੱਲੂ ਛੁਡਾਉਂਦੀਆਂ ਨਜ਼ਰ ਆਉਂਦੀਆਂ ਵੱਡੇ ਵੱਡੇ ਦਾਅਵੇ ਖੋਖਲੇ ਹੋ ਗਏ ਉਹਨਾਂ ਦੇ ਮੈਂ ਤਾਂ ਆਪ ਹੀ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸੀ ਦਾ ਹੈਗਾ ਹੀ ਆ ਅਤੇ ਕਿਸੇ ਨੂੰ ਕੀ ਮਾੜਾ ਕਹੂੰਗਾ ਪਰ ਲੇਕਿਨ ਇਹ ਆ ਵੀ ਕਿ ਸਾਡੀ ਆਪ ਹੀ ਸਾਰਾ ਕੁਛ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਕੋਈ ਇੱਕ ਨਿੱਕੇ ਪੈਸੇ ਦੀ ਕੋਈ ਉਹ ਨਹੀਂ ਸਰਕਾਰ ਦੇ ਨਹੀਂ ਮੈਂ ਕਹਿ ਸਕਦਾ ਖੋਖਲੇ ਹੋ ਗਏ ਕਿਉਂਕਿ ਇੱਕ ਛੋਟੇ ਕਿਸੇ ਬੰਦੇ ਦੇ ਇੱਕ ਦੇ ਇੱਕ ਨਾਲ ਆਪਾਂ ਸਾਰੀ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ ਨਾ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਤਾਂ ਐਸੀ ਗੱਲ ਨਹੀਂ ਭਾਰਤ ਭੂਸ਼ਣ ਆਸ਼ੂ ਜੀ ਬਹੁਤ ਮਿਹਨਤ ਕਰ ਰਹੇ ਉਹਨਾਂ ਦੇ ਵਾਈਫ ਮਮਤਾ ਆਸ਼ੂ ਜੀ ਕਰ ਰਹੇ ਨੇ ਲੇਕਿਨ ਜਿੱਥੇ ਤੱਕ ਦੋਨੇ ਕੌਂਸਲਰਾਂ ਦਾ ਸਵਾਲ ਹੈ ਉਹ ਉਹਨਾਂ ਵੱਲੋਂ ਬਾਹਰ ਕਿਤੇ ਕਰ ਰਹੇ ਆ ਮੈਨੂੰ ਨਹੀਂ ਪਤਾ ਲੇਕਿਨ ਜਿੱਥੇ ਤੱਕ ਅਗਰ ਨਗਰ ਸਵਾਂਦਾ ਉਹ ਬਿਲਕੁਲ ਜ਼ੀਰੋ ਕੁਛ ਨਹੀਂ ਕਰ ਰਹੇ ਬਿਲਕੁਲ ਤੁਸੀਂ ਦੇਖਿਆ ਕਿ ਇਹ ਸੀ ਸਾਡੇ ਨਾਲ ਮਿਸਟਰ ਪਵਨ ਜੀ ਉਹਨਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਜਿਹੜੇ ਕੌਂਸਲਰ ਨੇ ਜ਼ੀਰੋ ਸਾਬਤ ਹੋ ਰਹੇ ਨੇ ਲੇਕਿਨ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਲਾਕਾ ਨਿਵਾਸੀਆਂ ਦੇ ਵਿੱਚ ਫੋਗਿੰਗ ਵੀ ਕਰਵਾ ਰਹੇ ਨੇ ਅਤੇ ਨਾਲ ਹੀ ਅਗਰ ਗੱਲ ਕਰੀਏ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹਨਾਂ ਨੇ ਪਹਿਲ ਦੇ ਆਧਾਰ 'ਤੇ ਚੱਕੀ ਹੈ ਅਤੇ ਉਹ ਇਸ ਸਮੇਂ ਅੱਗੇ ਆ ਰਹੇ ਨੇ ਲੁਧਿਆਣਾ ਤੋਂ ਅਭਿਸ਼ੇਕ ਬਹਿਲ ਦੇ ਨਾਲ ਅਮਨਦੀਪ ਖਹਿਰਾ ਟਾਈਮਸ ਪੰਜਾਬ TV